ਹਾਂਜੀ ਤੁਸੀਂ ਜਿੱਦਾਂ ਕਿ ਸੁਣਿਆ ਹੈ ਕਿ ਇਜ਼ਰਾਈਲ ਵਿੱਚ ਜੋ ਹੋਇਆ ਗਾਜ਼ਾ ਵਿੱਚ ਜੋ ਹੋਇਆ ਤੇ ਅੱਗੇ ਕੀ ਹੋਣ ਵਾਲਾ ਆ ਇਹ ਸਾਰਾ ਬਾਈਬਲ 'ਚ ਪਹਿਲਾਂ ਹੀ ਲਿਖਿਆ ਆ ਇਹ ਬਾਈਬਲ 'ਚ ਪਹਿਲਾਂ ਹੀ ਪ੍ਰੋਫੈਸੀ 올ਡ ਟੈਸਟਮੈਂਟ ਵਿੱਚ ਹੋ ਚੁੱਕੀ ਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਵੀਡੀਓ ਤੇ ਲਿਖਿਆ ਫਲਿਸਤੀਆਂ ਦੇ ਵਿਰੁੱਧ ਫਲਿਸਤੀਆਂ ਦਾ ਮਤਲਬ ਪੈਲੇਸਟਾਈਨ ਫਲਿਸਤੀਆਂ ਨੂੰ ਕਹਿੰਦੇ ਆ ਤੇ ਇਹਦੇ ਵਿੱਚ ਜਿਹੜਾ ਵਚਨ ਆ ਇਸ ਵਚਨ ਤੇ ਪੜ੍ਹਨ ਤੋਂ ਪਹਿਲਾਂ ਆਪਾਂ ਪ੍ਰਾਰਥਨਾ ਕਰਦੇ ਆ ਫਾਦਰ ਸਨ ਐਂਡ ਹੋਲੀ ਸਪਿਰਟ ਜੀ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਕਰਦੇ ਨਾ ਵਚਨਾਂ ਲਈ ਜੋ ਵੀ ਪੜਿਆ ਸੁਣਿਆ ਜਾਏ ਪ੍ਰਭੂ ਜੀ ਨਾਤੇ ਅਸੀਂ ਅਮਲ ਕਰ ਸਕੀਏ ਅਸੀਂ ਸਿਰਫ ਸੁਣਨ ਵਾਲੇ ਨਾ ਬਣੀਏ ਅਸੀਂ ਉਸ ਤੇ ਚੱਲਣ ਵਾਲੇ ਬਣੀਏ ਤੇ ਤੁਹਾਡਾ ਜਿਹੜਾ ਪੈ ਆ ਉਹ ਸਾਡੀ ਜ਼ਿੰਦਗੀ ਵਿੱਚ ਬਣਿਆ ਰਵੇ ਅਸੀਂ ਡਰਦੇ ਹੋਏ ਅਸੀਂ ਨਾ ਸੱਜੇ ਮੁੜੀਏ ਨਾ ਖੱਬੇ ਪ੍ਰਭੂ ਜੀ ਅਸੀਂ ਹਮੇਸ਼ਾ ਤੁਹਾਡੀ ਦਇਆ ਤੇ ਕਿਰਪਾ ਦੇ ਪਾਤਰ ਬਣੇ ਰਹੀਏ ਪ੍ਰਭੂ ਜੀ ਤੇ ਸਾਡੇ ਤੋਂ ਕਦੀ ਵੀ ਕੋਈ ਵੀ ਗਲਤੀਆਂ ਹੋ ਜਾਣ ਪ੍ਰਭੂ ਜੀ ਮਾਫ ਕਰਨਾ ਤੇ ਸਾਡੇ ਤੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਅਸੀਂ ਮਾਫੀ ਮੰਗਦੇ ਆਂ ਤੇ ਪ੍ਰਭੂ ਜੀ ਇਜ਼ਰਾਈਲ ਪਾਲੈਸਟਾਈਨ ਲਈ ਵੀ ਕਿਉਂਕਿ ਉਹ ਵੀ ਤੁਹਾਡੇ ਬੱਚਿਆ ਉਹ ਨੂੰ ਤੁਸੀਂ ਪਲੋਠਾ ਕਿਆ ਪ੍ਰਭੂ ਜੀ ਕਿਉਂਕਿ ਉਹ ਤੁਹਾਡੀ ਅੱਖ ਦੀ ਪੁੱਤ ਲਿਆ ਜਰੂਸ਼ਲਮ ਪ੍ਰਭੂ ਜੀ ਤੁਹਾਡੀਆਂ ਅੱਖਾਂ ਤੇ ਦਿਲ ਉੱਥੇ ਲੱਗਾ ਰਹਿੰਦਾ ਪ੍ਰਭੂ ਜੀ ਤੇ ਪਿਤਾ ਪਰਮੇਸ਼ਰ ਜੀ ਜੋ ਵੀ ਉਹ ਤੁਹਾਡੇ ਵੱਲੋਂ ਅਸੀਂ ਸਾਨੂੰ ਤੁਸੀਂ ਕਹਿਆ ਕਿ ਮੋਸ਼ਨਲ ਹੋ ਕੇ ਪ੍ਰੇਰਨਿਕਾ ਨੇ ਬੁੱਧੀ ਤੇ ਸਮਝ ਨਾਲ ਕਰਨੀ ਪ੍ਰਭੂ ਜੀ ਅਸੀਂ ਦੋਹਾਂ ਪਾਸੇ ਵਾਲੇ ਪ੍ਰਭੂ ਜੀ ਤੁਹਾਡੀ ਬੁੱਧੀ ਤੇ ਸਮਝ ਮੰਗਦੇ ਆ ਤੁਹਾਡੀ ਸ਼ਾਂਤੀ ਨੂੰ ਡਿਕਲੇਅਰ ਕਰਦੇ ਆ ਇਜ਼ਰਾਈਲ ਪੈਲੇਸਟਾਈਨ ਵਿੱਚ ਪ੍ਰਭੂ ਜੀ ਕਿ ਤੁਹਾਡੀ ਪੀਸ ਆ ਜਾਏ ਪ੍ਰਭੂ ਜੀ ਤੇ ਉਹਨਾਂ ਦੇ ਗੁਨਾਹਾਂ ਨੂੰ ਮਾਫ ਕਰੋ ਪ੍ਰਭੂ ਜੀ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੇ ਆ ਇਜ਼ਰਾਈਲ ਪੈਲੇਸਟਾਈਨ ਨੂੰ ਕਿ ਉੱਥੇ ਸ਼ਾਂਤੀ ਆ ਜਾਏ ਤੇ ਜਿਹੜੀ ਵੀ ਕੋਈ ਸ਼ੈਤਾਨੀ ਤਾਕਤ ਹੈ ਜਿਹੜੀ ਲੜਾਉਣ ਦੀ ਕੋਸ਼ਿਸ਼ ਕਰ ਰਹੀਆਂ ਪ੍ਰਭੂ ਜੀ ਉਹਨਾਂ ਦੀ ਜਿਹੜੀ ਕੋਈ ਵੀ ਯੋਜਨਾ ਸਫਲ ਨਾ ਹੋਵੇ ਇਨ ਜੀਸਸ ਨੇਮ ਆਮੀਨ ਆਮੀਨ ਥੈਂਕ ਯੂ ਲਾਰਡ ਥੈਂਕ ਯੂ ਪਿਤਾ ਪਰਮੇਸ਼ਰ ਜੀ ਜਿਹੜਾ ਵਚਨ ਤੁਸੀਂ ਦਿੱਤਾ ਕਿ ਦੇਖਿਆ ਇਹਦੇ ਵਿੱਚ ਇਹ ਮੈਂ ਸ਼ਫਨ ਯਾ ਲੜਾ ਉਹਦਾ ਵਰਣੀ ਆ ਇੱਕ ਦਾ ਪਹਿਲਾ 15 ਉਹ ਦਿਨ ਕਹਿਰ ਦਾ ਦਿਨ ਹੈ ਦੁੱਖ ਅਤੇ ਕਸ਼ਟ ਦਾ ਦਿਨ ਬਰਬਾਦੀ ਅਤੇ ਵਿਰਾਨੀ ਦਾ ਦਿਨ ਹਨੇਰੇ ਅਤੇ ਅਧਿਕ ਅਧਿਕ ਅੰਧਕਾਰ ਦਾ ਦਿਨ ਬੱਦਲ ਅਤੇ ਕਾਲੀਆਂ ਘਟਾ ਦਾ ਦਿਨ ਤੁਸੀਂ ਦੇਖਿਆ ਕਿ ਦਿਨ ਹੀ ਨੀਰਾ ਹੋਇਆ ਪਿਆ ਇੱਥੇ ਧੂਆਂ ਹੀ ਧੂਆਂ ਸਾਰੇ ਪਾਸਿਆਂ ਇਹ ਪਰਮੇਸ਼ਰ ਨੇ ਵਚਨ ਦਿੱਤਾ ਤੇ ਫਿਰ ਇਹਦੇ ਵਿੱਚ ਜਿਹੜਾ ਵਚਨ ਅਗਲਾ ਹੈ ਵੈਰੀ ਕੋਮਾ ਦਾ ਅਨਿਆਉ ਉਹਦੇ ਥੱਲੇ ਫਲਿਸਤੀਆਂ ਦੇ ਵਿਰੁੱਧ ਇਹ ਹੈ ਸਫਨਾਇਆ ਇੰਗਲਿਸ਼ ਵਿੱਚ ਸਫਨਾਇਆ ਸੈਕਿੰਡ ਦਾ ਚਾਰ ਤੇ ਸਫਨਿਆ ਪੰਜਾਬੀ ਵਿੱਚ ਹੈਗਾ ਕਿ ਆਜ਼ਾਦ ਆ ਤਿਆਗਿਆ ਜਾਵੇਗਾ ਆਜ਼ਾਦ ਇੱਥੇ ਕੀ ਆਜ਼ਾਦ ਦਾ ਮਤਲਬ ਕਿ ਗਾਜ਼ਾ ਆ ਗਾਜ਼ਾ ਆਜ਼ਾਦ ਤਿਆਗਿਆ ਜਾਏਗਾ ਮਤਲਬ ਗਾਜ਼ਾ ਲਿਖਿਆ ਆ ਪੂਰਾ ਕੰਪਲੀਟ ਗਾਜ਼ਾ ਲਿਖਿਆ ਆ ਗਾਜ਼ਾ ਤਿਆਗਿਆ ਜਾਵੇਗਾ ਅਤੇ ਅਸ਼ਕਲੋਨ ਵਿਰਾਨ ਹੋ ਜਾਵੇਗਾ ਉਹ ਦੁਪਹਿਰੇ ਅਸ਼ਦੋਦ ਨੂੰ ਤੱਕ ਦੇਣਗੇ ਅਕਰੋਨ ਪੁੱਟਿਆ ਜਾਵੇਗਾ ਇਹ ਜਿਹੜਾ ਵਚਨ ਆ ਪਰਮੇਸ਼ਰ ਨੇ ਗਾਜ਼ਾ ਦਾ ਨਾਮ ਵੀ ਲਿਆ ਅਸ਼ਕਲੋਨ ਠੀਕ ਹੈ ਤੇ ਇਹ ਫਲਿਸਤੀ ਦੇਖੋ ਪੈਲੇਸਟਾਈਨ ਦਾ ਨਾਂ ਆਇਆ ਫਲਿਸਤੀਆਂ ਦਾ ਨਾਂ ਆਇਆ ਤੇ ਫਿਰ ਇੱਕ ਮੈਂ ਵਚਨ ਹੋਰ ਪੜਨਾ ਚਾਹੁੰਦੀ ਤੁਹਾਡੇ ਲਈ ਇਹੀ ਸਫਰ ਯਾਦ ਦੱਸਦਾ ਆ ਇਹਦੇ ਵਿੱਚ ਕਿ ਲਿਖਿਆ ਕਿ ਉਸ ਦਿਨ ਇਹ ਹੋਵੇਗਾ ਕਿ ਯਹਵਾ ਦਾ ਵਾਕ ਹੈ ਮੱਛੀ ਫਾਟਕ ਤੋਂ ਦੁਹਾਈ ਦੀ ਆਵਾਜ਼ ਹੋਵੇਗੀ ਦੂਜੇ ਮੁਹੱਲੇ ਤੋਂ ਸਿਆਪਾ ਅਤੇ ਟਿੱਲਿਆਂ ਤੋਂ ਵੱਡਾ ਤੜਾਕਾ ਹੋਵੇਗਾ ਹੁਣ ਇਹ ਜਿਹੜਾ ਵਚਨ ਕਿ ਇਹ ਦੇਖੋ ਇਹ ਜਿਹੜਾ ਮੱਛੀ ਫਾਟਕ ਆ ਇਹ ਕਿੱਥੇ ਆ ਤੁਹਾਨੂੰ ਪਤਾ ਇਹ ਮੱਛੀ ਫਾਟਕ ਆ ਜਿਹੜਾ ਇਹ ਯਰੂਸ਼ਲਮ ਦੇ ਵਿੱਚ ਆ ਮੱਛੀ ਫਾਟਕ ਇਹ ਯਰੂਸ਼ਲਮ ਵਿੱਚ ਆ ਤੇ ਇਹਦਾ ਇਹ ਜਿਹੜਾ ਇੰਗਲਿਸ਼ ਵਰਜ਼ਨ ਉਹ ਮੈਂ ਤੁਹਾਨੂੰ ਪੜਕੇ ਸੁਣਾ ਦਿੰਨੀ ਕਿ ਇੱਥੇ ਵਿੱਚ ਮੈਂ ਸਰਚ ਕੀਤੀ ਸੀ ਗੂਗਲ ਤੇ ਇਹਦੇ ਵਿੱਚ ਲਿਖਿਆ ਕਿ ਐਂਸ਼ੀਅੰਟ ਟਾਈਮ ਦ ਫਿਸ਼ ਗੇਟ ਵਾਸ ਵਨ ਆਫ ਦਾ ਮੇਨ ਗੇਟਸ लीडिंग इंटू जेरुसलेम इट वाज नियर द नॉर्दर्न वॉल अराउंड द टेंपल माउंट ਹੁਣ ਜਿਹੜਾ ਇਹ ਫਿਸ਼ ਗੇਟ ਸੀਗਾ ਇਹ ਮੇਨ ਦਰਵਾਜਾ ਜਿਹੜਾ ਸੀਗਾ ਉੱਤਰੀ ਮੰਦਰ ਜਿਹੜਾ ਪਹਾੜ ਜਿਹੜਾ ਮੰਦਰ ਸੀਗਾ ਠੀਕ ਆ ਜਿਹੜਾ ਟੈਂਪਲ ਮਾਉਂਟ ਆ ਉਹ ਜਿਹੜਾ ਉੱਤਰੀ ਕੰਧ ਵਾਲਾ ਤੇ ਜਿਹੜਾ ਇਹ ਫਿਸ਼ ਗੇਟ ਆ ਇਹ ਪੁਰਾਣੇ ਜ਼ਮਾਨੇ ਜੀ ਨੂੰ ਮੇਨ ਗੇਟ ਮੰਨਿਆ ਜਾਂਦਾ ਸੀ ਤੇ ਉਹਦੇ ਰਾਹੀਂ ਹੀ ਅੰਦਰ ਜਾਂਦੇ ਸੀ ਜਰੂਸ਼ਲਮ ਚ ਇਹ ਮੇਨ ਗੇਟ ਸੀਗਾ ਠੀਕ ਹੈ ਹੁਣ ਇਹ ਜਿਹੜਾ ਆ ਜਰੂਸ਼ਲਮ ਦਾ ਸਿੱਧਾ ਸਿੱਧਾ ਨਾਮ ਲਿਖਿਆ ਆ ਕਿ ਮੁਹੱਲਾ ਹੁਣ ਬਿਲਕੁਲ ਨਾਲ-ਨਾਲ ਗਾਜ਼ਾ ਠੀਕ ਹੈ ਵੀ ਇੱਕ ਮੁਹੱਲੇ ਨੇ ਦੂਜੇ ਮੁਹੱਲੇ ਤੇ ਹਮਲਾ ਕੀਤਾ ਦੂਜੇ ਮਹਲੇ ਤੋਂ ਦੇਖੋ ਸਿਆਪਾ ਲਿਖਿਆ ਹੈ ਵੱਡਾ ਤੜਾਕਾ ਮੱਛੀ ਫਾਟਕ ਤੋਂ ਦੁਹਾਈ ਦੁਹਾਈ ਦੀ ਆਵਾਜ਼ ਆਵੇਗੀ ਇਸ ਸਾਰੀਆਂ ਪ੍ਰੋਫੈਸੀਆਂ ਜਿਹੜੀਆਂ ਇਹ ਹੋਇਆ ਇਹ ਲੜਾਈ ਜਿਹੜੀ ਹੋਈ ਇਸ ਸਾਰੀਆਂ ਪ੍ਰੋਫੈਸੀ ਸਭ ਬਾਈਬਲ ਚ ਲਿਖੀਆਂ ਗਈਆਂ ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ ਕਿਉਂਕਿ ਇਹ ਹੋਣਾ ਤੈ ਸੀ ਇਹ ਲਿਖਿਆ ਆ ਤੇ ਇਹਨੂੰ ਨੂੰ ਅਸੀਂ ਰੋਕ ਨਹੀਂ ਸਕਦੇ ਅਸੀਂ ਸ਼ਾਂਤੀ ਲਈ ਪ੍ਰਭੂ ਤੋਂ ਪ੍ਰਾਰਥਨਾ ਕਰ ਸਕਦੇ ਕਿ ਪ੍ਰਭੂ ਜੀ ਕਿ ਜਿਹੜੇ ਲੋਕਾਂ ਜਿਹੜੇ ਲੋਕਾਂ ਨੇ ਤੁਹਾਨੂੰ ਅੱਜ ਤੱਕ ਨਹੀਂ ਜਾਣਿਆ ਉਹ ਜਾਣ ਸਕਣ ਤੇ ਰਿਪੈਂਟ ਕਰ ਸਕੀਏ ਰਿਪੈਂਟੈਂਸ ਸਭ ਤੋਂ ਜ਼ਰੂਰੀ ਹੈ ਇਸ ਟਾਈਮ ਤੇ ਕਿਉਂਕਿ ਹੁਣ ਇੱਥੇ ਆਉਣ ਤੋਂ ਬਾਅਦ ਹੁਣ ਮੈਂ ਯਰੂਸ਼ਲਮ 4 ਮਹੀਨੇ ਪਹਿਲਾਂ ਮੈਂ ਇੱਕ ਮੈਨੂੰ ਪਰਮਿਸ਼ਨ ਇਹ ਵਚਨ ਦਿੱਤਾ ਸੀ ਕਿ ਯਰੂਸ਼ਲਮ ਵਿੱਚ ਪਾਣੀ ਤੇ ਰੋਟੀ ਦੀ ਘਾਟ ਉਹ ਹੈ ਗਿਆ ਹਿਜਕੀਅਲ ਦਾ ਹਿਜਕੀਅਲ ਦਾ 4 ਜਿ ਹਿਜਕੀਅਲ 4 ਦਾ 16 ਤੇ 17 ਦੇਖੋ ਹੁਣ ਇੱਥੇ ਚਾਰ ਵਚਨ ਆ ਉਥੇ ਚਾਰ ਆ ਅੱਜ ਡੇਟ ਕੀ ਆ 10 10 ਤੇ ਇਹ ਜਿਹੜਾ ਵਚਨ ਆ ਇੱਥੇ ਸਫਨ ਯਾਦ ਆ ਇਹ ਵੀ ਇੱਕ ਦਾ 10 ਪਰਮੇਸ਼ਰ ਜਿਹੜੇ ਦੀ ਹੁਣ ਨੰਬਰ ਤੇ ਟਾਈਮਿੰਗ ਤੇ ਨਾਮ ਇਹ ਬਹੁਤ ਮਹੱਤਵਪੂਰਨ ਰਖਦੇ ਆ ਕਈ ਵਾਰੀ ਸਾਨੂੰ ਪਰਮੇਸ਼ਰ ਨੰਬਰਾਂ ਦੇ ਰਾਹੀਂ ਬਹੁਤ ਕੁਝ ਗੱਲ ਕਰਦੇ ਆ ਠੀਕ ਆ ਕਈ ਵਾਰੀ ਸਾਡੇ ਨਾਲ ਪਰਮੇਸ਼ਰ ਨਾਂ ਦੇ ਨਾਲ ਗੱਲ ਕਰਦਾ ਕਿ ਜਿਸ ਤਰ੍ਹਾਂ ਜਦੋਂ ਮੈਂ ਇਜ਼ਰਾਈਲ ਪੈਲੇਸਟਾਈਨ ਜਾਣਾ ਸੀ ਮੈਂ ਇਸ ਜਨਵਰੀ ਚ ਗਈ ਸੀ ਇਸ ਸਾਲ 2022 ਦੀ 30 ਦਸੰਬਰ ਨੂੰ ਗਈ ਸੀ ਠੀਕ ਹੈ ਜਨਵਰੀ ਚ ਮੈਂ 15 ਦਿਨ ਲਾ ਕੇ ਆਈ ਉੱਥੇ ਇਜ਼ਰਾਈਲ ਪੈਲੇਸਟਾਈਨ ਚ ਤੇ ਜਦੋਂ ਅਸੀਂ ਗਏ ਸੀ ਉੱਥੇ ਜਾਣ ਤੋਂ ਪਹਿਲਾਂ ਮੈਨੂੰ ਅਸੀਂ ਕਦੀ ਵੀ ਉਸ ਬ੍ਰਾਂਡ ਦੀ ਕੋਈ ਟੀ-ਸ਼ਰਟ ਨਹੀਂ ਸੀ ਕਦੀ ਵੀ ਪਾਈ ਤੇ ਪਰ ਮੇਰੇ ਹਸਬੰਦ ਉੱਥੇ ਬੈਂਜਮਨ ਬਿਨੀਯਾਮੀਨ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਆ ਉਹਦੀਆਂ ਟੀ-ਸ਼ਰਟਾਂ ਲੈ ਕੇ ਆਂਦੇ ਸੀ ਜਦੋਂ ਵੀ ਕੋਈ ਬੈਗ ਲੈ ਕੇ ਆਣੇ ਉਹੀ ਆਈ ਜਾਣੇ ਮੈਨੂੰ ਬੈਂਜਮਨ ਮੈਂ ਜਿੱਥੇ ਜਾਂਦੀ ਸੀ ਮੈਨੂੰ ਬਿਨੀਯਾਮੀਨ ਬੈਂਜਮਨ ਦਿਖੀ ਜਾਂਦਾ ਸੀ ਤੇ ਮੈਨੂੰ ਮੈਨੂੰ ਨਹੀਂ ਸੀ ਪਤਾ ਕਿ ਵੀ ਇਹ ਕੀ ਆ ਜਦੋਂ ਮੈਂ ਇਜ਼ਰਾਈਲ ਪਾਲੈਸਟਾਈਨ ਨੂੰ ਜਾਣਾ ਸੀ ਉਤੋਂ 2 ਦਿਨ ਪਹਿਲਾਂ ਮੈਨੂੰ ਪਤਾ ਲੱਗਾ ਕਿ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਹੈ ਉਹਦਾ ਨਾਮ ਬੈਂਜੂਮਿਨ ਹੈ ਹੁਣ ਤੁਸੀਂ ਸਾਰੇ ਨੇ ਜਾਣ ਲਿਆ ਕਿ ਬੈਂਜੂਮਿਨ ਆ ਇਸ ਲਈ ਪਰਮੇਸ਼ਰ ਸਾਨੂੰ ਸਾਰਿਆਂ ਨਾਲ ਗੱਲ ਕਰਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਜੇ ਪਰਮੇਸ਼ਰ ਕੋਲ ਮੰਗੀਏ ਚੀਜ਼ਾਂ ਕਿ ਸਾਨੂੰ ਆਨਵਰਡ ਚੀਜ਼ਾਂ ਦਾ ਪਤਾ ਹੋਵੇ ਤਾਂ ਫਿਰ ਅਸੀਂ ਡਰਦੇ ਨਹੀਂ ਐ ਪਰਮੇਸ਼ਰ ਸਾਨੂੰ ਫਿਰ ਆਤਮਾ 'ਚ ਬਣਾਉਂਦਾ ਆ ਸਾਨੂੰ ਪ੍ਰੇਅਰ ਕਰਨੀ ਸਿਖਾਉਂਦਾ ਕਿ ਅਸੀਂ ਪ੍ਰੇਅਰ ਕਰ ਸਕੀਏ ਕਿ ਚੀਜ਼ਾਂ ਹੋਣੀਆਂ ਤਾਂ ਹੈ ਪਰ ਇਸ ਸਾਡੇ ਨਾਲ ਨਹੀਂ ਹੋਣਗੀਆਂ ਤੇ ਅਸੀਂ ਸ਼ਾਂਤੀ ਲਈ ਸੰਸਾਰ ਦੀ ਸ਼ਾਂਤੀ ਲਈ ਲੋਕਾਂ ਦੀ ਸ਼ਾਂਤੀ ਲਈ ਕਿ ਪ੍ਰਾਰਥਨਾ ਕਰ ਸਕੀਏ ਪ੍ਰੇ ਕਰ ਸਕੀਏ ਕਿ ਓਮ ਰਿਪੈਂਟੈਂਸ ਵਿਚਾਰ ਆਪਣੇ ਪਾਪਾਂ ਦੀ ਮਾਫੀ ਮੰਗਲ ਤਾਂ ਜੋ ਜੋ ਵੀ ਹੋਣਾ ਉਹਦਾ ਜਿਹੜਾ ਅਸਰ ਸਾਡੀਆਂ ਜ਼ਿੰਦਗੀਆਂ ਚ ਘਟ ਜਾਵੇ ਸਾਰੀ ਦੁਨੀਆ ਦੀ ਜ਼ਿੰਦਗੀ ਚ ਘਟ ਜਾਵੇ ਤੇ ਲੋਕੀ ਰਿਪੈਂਟੈਂਸ ਕਰਨ ਮਾਫੀ ਮੰਗਣ ਤਾਂ ਜੋ ਜਿਹੜਾ ਰੱਬ ਦਾ ਗੁੱਸਾ ਆ ਜਿਹੜਾ ਪਰਮਾਤਮਾ ਦਾ ਗੁੱਸਾ ਵਾਹਿਗੁਰੂ ਦਾ ਗੁੱਸਾ ਆ ਕਿ ਉਹ ਸਾਡੀ ਧਰਤੀ ਤੇ ਘਟ ਜਾਵੇ ਤੇ ਅਸੀਂ ਬਚ ਸਕੀਏ ਆਉਣ ਵਾਲੀਆਂ ਤਬਾਹੀਆਂ ਤੋਂ ਹੁਣ ਜਿਹੜਾ ਫੂਡ ਦੀ ਘਾਟ ਆ ਹੁਣ ਉਹ ਮੈਨੂੰ 4 ਮਹੀਨੇ ਪਹਿਲਾਂ ਆਇਆ ਸੀਗਾ ਉਹ ਮੈਂ 4 ਮਹੀਨੇ ਪਹਿਲਾਂ ਉਹ ਵਚਨ ਪਾਸੇ ਕਿ ਯਰੂਸ਼ਲਮ ਚ ਫੂਡ ਦੀ ਘਾਟ ਹੋਣ ਵਾਲੀ ਆ ਪਰ ਮੈਨੂੰ ਨਹੀਂ ਸੀ ਪਤਾ ਕਿ ਕਦੋਂ ਬਪਾ ਨਾ ਕਦੋਂ ਨਹੀਂ ਪਰ ਉਹ ਜਿਹੜੀਆਂ ਚੀਜ਼ਾਂ ਹੁਣ ਵਾਪਰ ਰਹੀਆਂ ਸੋ ਇਸ ਲਈ ਅਸੀਂ ਹਮੇਸ਼ਾ ਰਿਪੈਂਟੈਂਸ ਵਿੱਚ ਰਹੀਏ ਮਾਫੀ ਮੰਗਦੇ ਰਹੀਏ ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰੀਏ ਤੇ ਜੀਜ਼ਸ ਨੂੰ ਹੀ ਆਪਣਾ ਮੁਕਤੀਦਾਤਾ ਸਲਵੇਸ਼ਨ ਇੱਕੋ ਇੱਕੋ ਨਾਮ ਜਿਹੜਾ ਆ ਜੀਜ਼ਸ ਦਾ ਨਾਮ ਸਲਵੇਸ਼ਨ ਉੱਥੋਂ ਹੀ ਆਉਂਦਾ ਕਿਉਂਕਿ ਜਦੋਂ ਵੀ ਕੁਝ ਇਜ਼ਰਾਈਲ 'ਚ ਹੁੰਦਾ ਪੂਰੀ ਦੁਨੀਆ ਤੇ ਅਸਰ ਪੈਂਦਾ ਉਹ ਚਾਹੇ ਛੋਟਾ ਆ ਪਰ ਉਹਦੀ ਤਾਕਤ ਬਹੁਤ ਵੱਡੀ ਆ ਕਿਉਂ ਪਰਮੇਸ਼ਰ ਉਹਦੇ ਨਾਲ ਖੜਾ ਆ ਉੱਥੇ ਬੁਰਾ ਕਰਨ ਵਾਲਿਆਂ ਦਾ ਨਤੀਜਾ ਬੁਰਾ ਹੀ ਹੋਣਾ ਜੇ ਉਹਨਾਂ ਨੇ ਕੋਈ ਕਿਉਂਕਿ ਲਿਖਿਆ ਹੈ ਬਾਈਬਲ ਚ ਕਿ ਜੇ ਇਜ਼ਰਾਈਲੀ ਕੋਈ ਪ੍ਰੇਰ ਕਰੇਗਾ ਤਾਂ ਬles ਹੋਵੇਗਾ ਜੇ ਉਹਨੂੰ ਸ਼ਰਾਪ ਦੇਗਾ ਤਾਂ ਖੁਦ ਨਾਸ਼ ਹੋਏਗਾ ਸੋ ਇਸ ਲਈ ਸੋਚ ਵਿਚਾਰ ਕੇ ਚਾਹੇ ਬਿਲੀਵਰ ਨੌਨ ਬਿਲੀਵਰ ਜਜਮੈਂਟ ਪਾਸ ਨਹੀਂ ਕਰਨੀ ਕੁਝ ਵੀ ਆਪਣੇ ਮੂੰਹ ਚੋਂ ਐਸਾ ਨਹੀਂ ਕੱਢਣਾ ਕਿ ਜਿਹੜਾ ਤੁਹਾਡੇ ਖੁੱਦ ਆਪਣੇ ਸ਼ਬਦ ਤੁਹਾਡੇ ਵਿਰੁੱਧ ਹੋ ਜਾਣਾ ਸੋ ਪਰਮੇਸ਼ਰ ਦਾ ਧੰਨਵਾਦ ਕਰਦੀ ਨਾ ਵਚਨਾਂ ਲਈ ਪਰਮੇਸ਼ਰ ਜੀ ਧੰਨਵਾਦ ਕਰਦੇ ਪ੍ਰਭੂ ਜੀ ਸਾਰੇ ਨੂੰ ਤੱਕ ਦਿਓ ਬੁੱਧੀ ਦਿਓ ਸਮਝ ਦਿਓ ਅਸੀਂ ਰਿਪੈਂਟੈਂਸ ਕਰੀ ਆਪਣੀ ਗਲਤੀ ਦੀ ਮਾਫੀ ਮੰਗ ਮੰਗੀਏ ਤੁਸੀਂ ਸਾਨੂੰ ਮਾਫ ਕਰ ਪਾਓ ਤੇ ਪ੍ਰਭੂ ਜੀ ਅਸੀਂ ਆਪਣੇ ਬੁਰੇ ਰਾਹਾਂ ਤੋਂ ਬੁਰੇ ਕੰਮਾਂ ਤੋਂ ਨਜਾਤ ਪਾਈਏ ਸਾਨੂੰ ਤੁਹਾਡੀ ਲਹੂ ਦੇ ਰਾਹੀਂ ਮੁਕਤੀ ਮਿਲੇ ਪਾਪਾਂ ਤੋਂ ਤੇ ਪ੍ਰਭੂ ਜੀ ਅਸੀਂ ਆਉਣ ਵਾਲੇ ਜੋ ਵੀ ਦੁਨੀਆ ਛੂਣ ਵਾਲਾ ਪ੍ਰਭੂ ਜੀ ਅਸੀਂ ਉਸ ਤੋਂ ਬਚ ਸਕੀਏ ਪ੍ਰਭੂ ਜੀ ਸਾਨੂੰ ਬਚਾ ਕੇ ਰੱਖਣਾ ਆਪਣੀ ਸ਼ਰਨ ਚ ਲੈ ਲੈਣਾ ਪ੍ਰਭੂ ਜੀ ਆਪਣੇ ਖੰਭਾਂ ਦੀ ਆੜ ਥੱਲੇ ਲੈਣਾ ਸੀ ਤੁਹਾਡੇ ਖੰਭਾ ਦੇ ਥੱਲੇ ਸ਼ਰਨ ਪਾਈਏ ਤੇ ਅਸੀਂ ਸੇਫ ਰਹੀਏ ਪ੍ਰਭੂ ਜੀ ਜੋ ਦੁਨੀਆ 'ਚ ਘਾਟਾ ਹੋਣ ਜਾ ਰਿਹਾ ਉਹ ਸਾਨੂੰ ਛੂ ਨਹੀਂ ਸਕਦਾ ਕਿਉਂਕਿ ਤੁਹਾਡੇ ਬੱਚੇ ਆ ਤੁਸੀਂ ਸਾਡੀ ਬਾਹ ਫੜੀ ਆ ਅਸੀਂ ਪਰਮੇਸ਼ਰ ਦੇ ਬੱਚੇ ਆ ਤੇ ਪਰਮੇਸ਼ਰ ਆਪਣੇ ਬੱਚਿਆਂ ਤੇ ਕਦੀ ਵੀ ਆਂਚ ਨਹੀਂ ਆਉਂ ਦਿੰਦਾ ਵੀ ਹੈਵ ਮਾਈਂਡ ਆਫ ਕ੍ਰਾਈਸਟ ਐਂਡ ਪਰਮੇਸ਼ਰ ਦਾ ਜਿਹੜਾ ਜੁਆਏ ਆ ਉਹ ਸਾਡਾ ਬਾਲਾ ਜੁਆਏ ਆਫ ਦਾ ਲਾਰਡ ਇਜ਼ ਆਰਸ ਸਟਰੈਂਥ ਨੰਦਰ ਨੇਮ ਆਫ ਜੀਸਸ ਇਸੇ ਨਾਲੇ ਮੈਂ ਇਸ ਵੀਡੀਓ ਨੂੰ ਖਤਮ ਕਰਦੇ ਆਂ ਤੇ ਪਰਮੇਸ਼ਰ ਦੇ ਲਈ ਧੰਨਵਾਦ ਕਰਦੀ ਆਂ ਵਚਨਾਂ ਲਈ ਤੇ ਅਗੋਂ ਫੇਰ ਕੋਈ ਪਰਮੇਸ਼ਰ ਕੁਝ ਦੇਣਗੇ ਕੋਈ ਵਚਨ ਕੋਈ ਗੱਲ ਕਰੇਗਾ ਤਾਂ ਫੇਰ ਹਾਜ਼ਰ ਹੋਵਾਂਗੀ ਤਦ ਤੱਕ ਲਈ ਗੋਡ ਬlesਸ ਯੂ ਗੋਡ ਬlesਸ ਯੂ ਗੋਡ ਬlesਸ